यार असीं तुहानूं कहंदे तुसीं भावें साडी रिपोर्ट जिद्दां दी मर्जी ला दिओ, पहलां प्रशादा छको यार। किसानी संघर्ष दे चलदिआं सानूं हर रोज़ कोई ना कोई घटना देखण जां सुणन नूं ਜ਼ਰੂਰ ਮਿਲ ਹੀ ਜਾਂਦੀ ਹੈ, ਭਾਵੇਂ ਉਹ ਸੰਘਰਸ਼ ਵਿੱਚ ਕਿਸੇ ਕਿਸਾਨ ਦੀ ਸ਼ਹੀਦੀ ਦੀ ਹੋਵੇ ਜਾਂ ਫਿਰ ਪੁਲਿਸ ਵੱਲੋਂ ਕੀਤੇ ਮਾੜੇ ਵਰਤਾਵੇ ਦੀ। ਪਿਛਲੇ ਦਿਨੀ ਹੀ ਚੰਡੀਗੜ੍ਹ ਦੇ ਭਾਜਪਾ ਦਫ਼ਤਰ ਦੇ ਸਾਹਮਣੇ ਲੋਕਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰ ਅਚਾਨਕ ਪੁਲਿਸ ਨੇ ਉਹਨਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕਰਕੇ ਮਾਹੌਲ ਨੂੰ ਖਰਾਬ ਕਰ ਦਿੱਤਾ। ਇਸ ਲਾਠੀਚਾਰਜ ਵਿੱਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਹੁਣ ਜੇ ਆਪਾਂ ਗੱਲ ਕਰੀਏ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਚੰਡੀਗੜ੍ਹ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਲਿਸ ਰਾਜ ਸਰਕਾਰ ਨਹੀਂ ਸਗੋਂ ਕੇਂਦਰ ਸਰਕਾਰ ਦੇ ਅਧੀਨ ਹੀ ਹੁੰਦੀ ਹੈ, ਤੇ ਆਪਾਂ ਸਭ ਨੂੰ ਇਹ ਪਤਾ ਹੀ ਹੈ ਕਿ ਕੇਂਦਰ ਸਰਕਾਰ ਕਿਸ ਦੀ ਹੈ। ਅਤੇ ਜੇਕਰ ਪ੍ਰਦਰਸ਼ਨਕਾਰੀ ਉਹਨਾਂ ਦੇ ਹੀ ਪਾਰਟੀ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ ਤਾਂ ਉਹ ਉਹਨਾਂ ਪ੍ਰਦਰਸ਼ਨਕਾਰੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਵਹਾਰ ਕਰ ਸਕਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ। ਦਿੱਲੀ ਵਿੱਚ ਵੀ ਕਿਸਾਨ ਪ੍ਰਦਰਸ਼ਨਕਾਰੀਆਂ ਨਾਲ ਅਜਿਹਾ ਹੀ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਦੇ ਪਾਣੀ ਦੀਆਂ ਬਾਸ਼ੜਾਂ ਸੁੱਟੀਆਂ ਗਈਆਂ, ਉਹਨਾਂ ਦੇ ਰਾਹਾਂ ਨੂੰ ਪੁੱਟ ਦਿੱਤਾ ਗਿਆ, ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ, ਪਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਹੌਸਲੇ ਦੇ ਅੱਗੇ ਇਹ ਸਭ ਕੁਝ ਯਾਦ ਇਹ ਟਿਕ ਨਹੀਂ ਸਕਿਆ। ਸਰਕਾਰ ਜੇਕਰ ਗਲਤ ਨਹੀਂ ਹੈ, ਜੇਕਰ ਇਹ ਬਿੱਲ ਗਲਤ ਨਹੀਂ ਹੈ, ਤਾਂ ਕਿਸਾਨਾਂ ਤੋਂ ਡਰ ਕਿਉਂ ਰਹੀ ਹੈ? ਉਹ ਆਪਣੇ ਹੀ ਦੇਸ਼ ਦੇ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਰ ਰਹੇ ਸਨ ਜਿਵੇਂ ਕੋਈ ਆਤੰਕਵਾਦੀ ਨੂੰ ਰੋਕਣ ਦਾ ਪ੍ਰਬੰਧ ਕਰਦਾ ਹੈ, ਪਰ ਸਾਡੇ ਦੇਸ਼ ਵਿੱਚ ਤਾਂ ਉਹ ਪ੍ਰਬੰਧ ਕੀਤੇ ਹੀ ਨਹੀਂ ਜਾਂਦੇ। ਜੇਕਰ ਕੀਤੇ ਹੁੰਦੇ ਤਾਂ ਪੁਲਵਾਮਾ ਵਿੱਚ ਸਾਡੇ ਇੰਨੇ ਜਵਾਨ ਸ਼ਹੀਦ ਨਾ ਹੁੰਦੇ। ਅਸੀਂ ਇਸ ਸੰਘਰਸ਼ ਦੀਆਂ ਕਈ ਵੀਡੀਓ ਰੋਜ਼ਾਨਾ ਦੇਖਦੇ ਹਾਂ, ਪਰ ਅਸੀਂ ਇੱਕ ਵੀਡੀਓ ਜ਼ਰੂਰ ਦੇਖੀ ਹੋਵੇਗੀ ਜਿਸ ਵਿੱਚ ਇੱਕ ਕਿਸਾਨ ਭਰਾ ਕਹਿ ਰਿਹਾ ਸੀ ਕਿ ਨਿਊਜ਼ ਚੈਨਲ ਵਾਲਿਆਂ ਦਾ ਜੋ ਦਿਲ ਕਰਦਾ ਹੈ ਉਹ ਸਾਡੇ ਬਾਰੇ ਲਿਖ ਸਕਦੇ ਹਨ, ਪਰ ਉਹਨਾਂ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਇੱਥੇ ਆਏ ਹੋ ਤਾਂ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਇਓ। ਉਹਨਾਂ ਦੀਆਂ ਇਹ ਗੱਲਾਂ ਕਾਫੀ ਭਾਵੁਕ ਕਰਨ ਵਾਲੀਆਂ ਸਨ। ਇਹੀ ਤਾਂ ਸਾਡੇ ਕਿਸਾਨਾਂ ਦੇ ਵੱਡੇ ਜਿਗਰੇ ਹੋਣ ਦੀ ਨਿਸ਼ਾਨੀ ਹੈ ਕਿ ਅਸੀਂ ਦੁਸ਼ਮਣ ਦਾ ਵੀ ਢਿੱਡ ਭਰ ਦਿੰਦੇ ਹਾਂ। ਕਿਸਾਨ ਖੁਦ ਭੁੱਖਾ ਰਹਿ ਸਕਦਾ ਹੈ, ਪਰ ਉਹ ਸਾਰੇ ਦੇਸ਼ ਦੀ ਭੁੱਖ ਮਿਟਾ ਦਿੰਦਾ ਹੈ, ਅਤੇ ਅੱਜ ਉਸੇ ਹੀ ਕਿਸਾਨ ਨਾਲ ਧੱਕਾ ਹੋ ਰਿਹਾ ਹੈ। ਸਾਨੂੰ ਨਹੀਂ ਪਤਾ ਜੋ ਲੋਕ ਕਿਸਾਨਾਂ ਦੇ ਇਸ ਅੰਦੋਲਨ ਨੂੰ ਸਾਜ਼ਿਸ਼ ਦੱਸ ਰਹੇ ਹਨ ਜਾਂ ਉਹਨਾਂ ਨੂੰ ਆਤੰਕਵਾਦੀ ਕਹਿ ਰਹੇ ਹਨ, ਉਹ ਕਿਹੋ ਜਿਹੀ ਸੋਚ ਰੱਖਦੇ ਹਨ ਅਤੇ ਕਿਸਾਨਾਂ ਬਾਰੇ ਗਲਤ ਅਫਵਾਹ ਫੈਲਾ ਰਹੇ ਹਨ। ਪਰ ਇਹਨਾਂ ਲੋਕਾਂ ਨੂੰ ਉਸ ਸਮੇਂ ਤਾਂ ਥੋੜੀ ਸ਼ਰਮ ਆਉਂਦੀ ਹੀ ਹੋਵੇਗੀ ਜਦੋਂ ਇਹ ਰੋਟੀ ਖਾਣ ਬੈਠਦੇ ਹੋਣਗੇ। ਇਹਨਾਂ ਵਿੱਚੋਂ ਕਈ ਮੂਰਖ ਲੋਕਾਂ ਨੇ ਤਾਂ ਟਵਿੱਟਰ ਤੇ ਹੀ ਬਾਈਕਾਟ ਫੂਡ ਨੂੰ ਟ੍ਰੈਂਡ ਕਰਵਾ ਦਿੱਤਾ ਕਿ ਕਿਸਾਨ ਗਲਤ ਹਨ ਅਤੇ ਅਸੀਂ ਉਹਨਾਂ ਦੇ ਹੀ ਅੰਨ ਦਾ ਬਾਈਕਾਟ ਕਰ ਰਹੇ ਹਾਂ। ਇਹਨਾਂ ਨੂੰ ਕੋਈ ਪੁੱਛੇ ਕਿ ਫਿਰ ਤੁਸੀਂ ਖਾਣਾ ਕੀ ਹੈ? ਪਰ ਜੋ ਵੀ ਹੈ, ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸਾਨਾਂ ਦਾ ਸਾਥ ਜ਼ਰੂਰ ਦਈਏ। ਜੋ ਬਾਰਡਰ ਤੇ ਪਹੁੰਚ ਸਕਦੇ ਹਨ ਉਹ ਉੱਥੇ ਪਹੁੰਚਣ, ਜੋ ਪੰਜਾਬ ਦੇ ਧਰਨਿਆਂ ਤੇ ਪਹੁੰਚ ਸਕਦੇ ਹਨ ਉਹ ਉੱਥੇ ਪਹੁੰਚਣ, ਅਤੇ ਜੋ ਲੋਕ ਇਹਨਾਂ ਦੋਵਾਂ ਥਾਵਾਂ ਤੇ ਨਹੀਂ ਪਹੁੰਚ ਸਕਦੇ ਉਹ ਸੋਸ਼ਲ ਮੀਡੀਆ ਤੇ ਕਿਸਾਨਾਂ ਦਾ ਹੌਸਲਾ ਅਫਜ਼ਾਈ ਜ਼ਰੂਰ ਕਰਨ, ਕਿਉਂਕਿ ਅਸੀਂ ਜਿੱਤ ਤੋਂ ਥੋੜੀ ਹੀ ਦੂਰੀ ਤੇ ਹਾਂ। ਬਸ ਹਿੰਮਤ ਕਰਨੀ ਹੈ ਅਤੇ ਡਟੇ ਰਹਿਣਾ ਹੈ। ਯਾਰ ਅਸੀਂ ਤੁਹਾਨੂੰ ਕਹਿੰਦੇ ਤੁਸੀਂ ਭਾਵੇਂ ਸਾਡੀ ਰਿਪੋਰਟ ਜਿੱਦਾਂ ਦੀ ਮਰਜ਼ੀ ਲਾ ਦਿਓ, ਪਹਿਲਾਂ ਪ੍ਰਸ਼ਾਦਾ ਛਕੋ ਯਾਰ। ਜਦੋਂ ਭਾਈ ਤਾਰੂ ਸਿੰਘ ਨੂੰ ਮੁਗਲ ਫੜਨ ਆਏ ਸੀ, ਮੁਗਲਾਂ ਦੀ ਫੌਜ ਫੜਨ ਆਈ ਸੀ ਭਾਈ ਤਾਰੂ ਸਿੰਘ ਨੂੰ, ਭਾਈ ਤਾਰੂ ਸਿੰਘ ਦੀ ਮਾਂ ਨੇ ਪਤਾ ਕੀ ਕਿਹਾ ਸੀ? ਮੈਂ ਫਿਰ ਥੋੜਾ ਭਾਵਕ ਹੋ ਜਾਂਦਾ ਆ। ਅਸੀਂ ਉਸ ਕੌਮ ਦੇ ਵਾਰਿਸ ਆ। ਭਾਈ ਤਾਰੂ ਸਿੰਘ ਦੀ ਮਾਂ ਨੇ ਕਿਹਾ ਸੀ, ਕਾਕਾ ਪਹਿਲਾਂ ਪ੍ਰਸ਼ਾਦਾ ਛਕੋ, ਮੈਨੂੰ ਪਤਾ ਤੁਸੀਂ ਮੇਰੇ ਪੁੱਤਰ ਨੂੰ ਤਾਰੂ ਸਿੰਘ ਨੂੰ ਫੜ ਕੇ ਲੈ ਜਾਣਾ, ਪਰ ਪਹਿਲਾਂ ਪ੍ਰਸ਼ਾਦਾ ਛਕੋ। ਯਾਰ ਅਸੀਂ ਤੁਹਾਨੂੰ ਕਹਿੰਦੇ ਤੁਸੀਂ ਭਾਵੇਂ ਸਾਡੀ ਰਿਪੋਰਟ ਜਿੱਦਾਂ ਦੀ ਮਰਜ਼ੀ ਲਾ ਦਿਓ, ਪਹਿਲਾਂ ਪ੍ਰਸ਼ਾਦਾ ਛਕੋ ਯਾਰ। ਪੁਲਿਸ ਵਾਲੇ ਆ ਆਪਣੇ ਬਰਗਾੜੀ ਕਾਂਡ ਦੇ ਵਿੱਚ ਉਹੀ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਸੀਗੀ ਜਿਹੜੇ ਉੱਥੇ ਲੰਗਰ ਛਕਦੇ ਸੀ। ਔਰ ਤੁਸੀਂ ਰਿਪੋਰਟ ਸਹੀ ਦਿਓ, ਗਲਤ ਦਿਓ, ਉਹ ਤੁਹਾਡੀ ਟੈਨਸ਼ਨ ਆ, ਤੁਹਾਡੀ ਜ਼ਿੰਮੇਵਾਰੀ ਆ, ਇਹ ਤੁਹਾਡੀ ਜ਼ਮੀਰ ਆ, ਤੁਹਾਡੇ ਗੁਰਦੇ 'ਚ ਦਮ ਆ, ਪਰ ਅਸੀਂ ਤਾਂ ਕਹਿਣਾ ਪ੍ਰਸ਼ਾਦਾ ਛਕ ਕੇ ਵੀਰ ਜਾ।